ਵਿੱਚ ਤਰਨ ਤਾਰਨ ਦੀ ਨਵਜੋਤ ਨੇ ਗੋਲਡ ਮੈਡਲ ਹਾਸਲ ਕਰਕੇ ਇੱਕ ਇਤਿਹਾਸ ਰਚ ਦਿੱਤਾ ਹੈ। ਇਸ ਦੌਰਾਨ ਨਵਜੋਤ ਦਾ ਅੰਮ੍ਰਿਤਸਰ ਏਅਰਪੋਰਟ ਪਹੁੰਚਣ ਤੇ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਉਸ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਸ ਦੇ ਕੋਚ ਵੱਲੋਂ ਵੀ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹੈ ਕਿ ਗੋਲਡ ਮੈਡਲ ਮਿਲਿਆ ਹੈ ਅਤੇ ਉਸ ਦਾ ਅੰਮ੍ਰਿਤਸਰ ਪਹੁੰਚਣ ਤੇ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਸ ਦੇ ਕੋਚ ਨੇ ਦੱਸਿਆ ਕਿ ਬਚਪਨ ਤੋਂ ਹੀ ਨਵਜੋਤ ਹੋਣਹਾਰ ਸੀ ਅਤੇ ਲੰਮੇ ਸਮੇਂ ਤੱਕ ਪ੍ਰੈਕਟਿਸ ਕਰਦੀ ਸੀ। ਸਕੂਲ ਸਮੇਂ ਵੀ ਉਸ ਨੇ ਕਈ ਗੋਲਡ ਮੈਡਲ ਹਾਸਲ ਕੀਤੇ ਹਨ। ਅੱਜ ਉਸ ਦੀ ਮਿਹਨਤ ਰੰਗ ਲਿਆਈ ਹੈ, ਜਿਸ ਦਾ ਨਤੀਜਾ ਹੈ ਕਿ ਉਸ ਨੇ ਏਸ਼ੀਆ ਰੈਸਲਿੰਗ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਮੌਕੇ ਨਵਜੋਤ ਦੇ ਪਿਤਾ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸੇ ਤਰ੍ਹਾਂ ਦੇ ਓਲੰਪਿਕ ਗੇਮ ਵਿੱਚ ਹਿੱਸਾ ਲਵੇ ਅਤੇ ਗੋਲਡ ਮੈਡਲ ਜਿੱਤ ਕੇ ਆਵੇ। ਨਾਲ ਹੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਬੇਟੀ ਨੂੰ DSP ਦੀ ਨੌਕਰੀ ਦਿੱਤੀ ਜਾਵੇ। ਨਾਮ ਰੋਸ਼ਨ ਕੀਤਾ, ਬਹੁਤ ਮਿਹਨਤ ਕੀਤੀ ਆ ਅਤੇ ਅੱਗੇ ਵੀ ਅਸੀਂ ਚਾਹੁੰਦੇ ਹਾਂ ਵੀ ਓਲੰਪਿਕਾਂ 'ਚੋਂ ਮੈਡਲ ਲਵੇ। ਅਤੇ ਬਹੁਤ ਖੁਸ਼ੀ ਦਾ ਮਾਹੌਲ ਹੈ, ਸਾਰੇ ਦੇਸ਼ 'ਚ ਮਾਹੌਲ ਆ ਗਏ, ਖੁਸ਼ੀ ਦਾ ਸਾਰੇ ਦੇਸ਼ 'ਚ ਮਾਹੌਲ ਆ। ਅਤੇ ਕਹਿੰਦੇ ਐਵੇਂ ਕੁੜੀਆਂ ਨੂੰ, ਬੱਚੀਆਂ ਨੂੰ ਪਾਲੋ ਅਤੇ ਇਹਨਾਂ ਨੂੰ ਪੜ੍ਹਾਓ ਅਤੇ ਨਾਲ ਖੇਡਾਂ 'ਚ ਵੀ ਪਾਓ ਅਤੇ ਦੇਸ਼ ਵੀ ਤਰੱਕੀ ਕਰੂ, ਕਿਉਂਕਿ ਇਹਨਾਂ ਤੋਂ ਬਗੈਰ ਆਪਣਾ ਚੱਲ ਹੀ ਨਹੀਂ ਸਕਦਾ ਪ੍ਰੋਗਰਾਮ। ਬੱਚੀਆਂ ਹੋਣਗੀਆਂ ਅਤੇ ਗਾੜੀ ਬੱਚੇ ਹੋਣਗੇ। ਅਬ ਸਰਕਾਰ ਕਰੂਗੀ, ਅਸੀਂ ਉਮੀਦ ਰੱਖਦੇ ਹਾਂ ਵੀ ਕਰੂਗੀ, ਕਰੂਗੀ ਕੋਈ ਨਾ। ਚਾਹੁੰਦੇ ਹਾਂ ਵੀ ਅਸੀਂ ਚਾਹੁੰਦੀ DSP ਦੀ ਨੌਕਰੀ ਮਿਲੇ, SSP ਦੀ ਮਿਲੇ। ਮੇਰਾ ਨਾਮ ਸੁਖ ਚੈਨ ਸਿੰਘ। ਅਸੀਂ ਉੱਥੇ ਆ ਜਾਓ ਸਾਡੇ ਨਾਲ, ਅਸੀਂ ਕਰਾ ਦਿੰਦੇ ਤੁਹਾਡੀ ਗੱਲ ਉੱਥੇ ਆਪਣੇ ਬਹੁਤ ਬਹੁਤ ਅੱਛਾ ਲੱਗ ਰਿਹਾ ਇਹ ਸਭ ਦੇਖ ਕੇ, ਔਰ ਸਵਾਗਤ ਬਹੁਤ ਅੱਛਾ ਹੋਇਆ ਤੋ ਉਸਕੇ ਲਈ ਥੈਂਕ ਯੂ ਸਭ ਕਾ। ਚਲੋ ਚਲੋ, ਬਹੁਤ ਅੱਛਾ ਲੱਗ ਰਿਹਾ ਇਹ ਸਭ ਦੇਖ ਕੇ, ਔਰ ਸਵਾਗਤ ਬਹੁਤ ਅੱਛਾ ਹੋਇਆ ਤੋ ਉਸਕੇ ਲਈ ਥੈਂਕ ਯੂ ਸਭ ਕਾ। ਚਲੋ ਚਲੋ, ਥੈਂਕ ਯੂ ਭਾਜੀ। ਇੱਕ ਮਿੰਟ ਭਾਜੀ, ਅਸੀਂ ਉੱਥੇ ਆ ਜਾਓ ਸਾਡੇ ਨਾਲ, ਅਸੀਂ ਕਰਾ ਦਿੰਦੇ ਤੁਹਾਡੀ ਗੱਲ ਉੱਥੇ ਆਪਣੇ। ਇਹ ਸ਼ੁਰੂ ਤੋਂ ਹੀ 6ਵੀਂ ਜਮਾਤ ਤੋਂ ਮੈਂ ਪ੍ਰੈਕਟਿਸ ਇਹਨੂੰ ਕਰਾ ਰਿਹਾ ਜੀ, 2005 ਤੋਂ ਸ਼ੁਰੂ ਤੋਂ ਹੀ ਮਿਹਨਤ ਹੀ ਬਹੁਤ ਲਗਨ ਦੇ ਨਾਲ ਮਿਹਨਤ ਕੀਤੀ ਇਹਨੇ ਅਤੇ ਸਕੂਲ ਲੈਵਲ 'ਤੇ ਵੀ ਨੈਸ਼ਨਲ ਮਤਲਬ ਪੱਧਰ 'ਤੇ ਮਤਲਬ ਗੋਲਡ ਮੈਡਲ ਲਿਆਉਂਦੀ ਰਹੀ ਆ। ਉਸ ਤੋਂ ਬਾਅਦ ਕਾਲਜ ਲੈਵਲ 'ਤੇ ਵੀ ਗੋਲਡ ਮੈਡਲ ਲਾਉਂਦਾ ਰਿਹਾ ਜੀ ਇਹਦਾ, ਅਤੇ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਆ ਜੀ ਇਹ। ਖੁਸ਼ ਹਾਂ ਜੀ, ਏਸ਼ੀਆ ਦੇ ਵਿੱਚੋਂ ਗੋਲਡ ਮੈਡਲ ਲਿਆ ਇਹਨੇ, ਬਹੁਤ ਖੁਸ਼ ਹਾਂ ਜੀ। ਅੱਗੇ ਵੀ ਆਸ ਕਰਦੇ ਹਾਂ ਗਾਂ ਓਲੰਪਿਕ ਦੇ ਵਿੱਚੋਂ ਮੈਡਲ ਲਵੇ ਜੀ।